बिस्मिल्लाहिर्रहमानिर्रहीम अस्सलामु अलैकुम दोस्तों, तुसी वेख रहे हो एतमाद टीवी ते मैं तुहाडा दोस्त मंजूर अहमद। दोस्तों पहले भी कोशिश करी दी कि तुहाडे वास्ते सोहणे खूबसूरत ते नसलदार जानवरां दी वीडियो लैके हाजिर होइए। अज लैके आए दूसरे सूबे दी मज। इत्थे इक अगे भी भाई एहसान दे कोल जोटी विखाईए, पहलां ते इह दूसरा सूबा सोहणा सूं। कैमरामैन जो है मज विखांदे ने, आपां मज वेखण तों पहले दोस्तों साडे चैनल नूं करो सबसक्राइब, वीडियो शेयर करो, लाइक करो, कमेंट करो ਅਤੇ ਬੈੱਲ ਆਈਕਨ ਦਾ ਬਟਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਬਿਲਕੁਲ ਆਸਾਨੀ ਨਾਲ ਪਹੁੰਚ ਸਕੇ। ਮੇਰੇ ਨਾਲ ਮੁਹੰਮਦ ਆਸਫ ਵੀ ਐਣ ਆਉਂਦੇ ਹਨ, ਉਹ ਤੁਹਾਨੂੰ ਪਹਿਲੇ ਵੀ ਜ਼ਿਕਰ ਕੀਤਾ ਬਾਈ ਆਸਫ, ਉਹਨਾਂ ਨੇ ਕੁਛ ਵੀਡੀਓ ਬਣਾਈਆਂ ਨਾ। ਮੈਂ ਡਿਊਟੀ 'ਤੇ ਸੀਗਾ, ਉੱਧਰੋਂ ਵਾਪਸ ਆਇਆ ਅਤੇ ਮੈਂ ਕਿਹਾ ਚਲੋ ਦੋਸਤਾਂ ਦੀ ਖਿਦਮਤ 'ਚ ਹਾਜ਼ਰ ਹੋ ਲਈਏ। ਡਿਊਟੀ ਤੋਂ ਹਟ ਕੇ ਹੁਣ ਵੀਡੀਓ ਬਣਾਈ, ਨਾਲ ਮੈਂ ਕਿਹਾ ਚਲੋ ਬਾਈ ਆਸਫ ਇਹ ਬਾਕੀ ਦੋਸਤਾਂ ਕੋਲ ਡਿਟੇਲ ਉਹ ਪੁੱਛਣਗੇ, ਸਾਰੇ ਜਿਹੜੇ ਆ ਤੁਹਾਡੀ ਰਹਿਨਮਾਈ ਕਰਨਗੇ, ਦਿਖਾਉਂਦੇ ਹਨ ਜੋਟੀ ਅਤੇ ਫਿਰ ਆਪਾਂ ਕਰਨਾ ਡਿਟੇਲ ਮਾਲਕ ਨਾਲ। ਤੋਰਨ ਥੋੜ੍ਹਾ ਜਿਹਾ ਤੁਹਾਨੂੰ ਤੋਰੋ ਨਾ ਸਰ, ਅੱਛੀ ਤਰ੍ਹਾਂ ਲੈ ਆਓ ਇੱਧਰ ਪਿੱਛੇ ਲੈ ਆਓ। ਚਾਹੀਦੀ ਚੰਗੀ ਤੇ
ਬੁਲਾਓ ਬਈ। ਆਹ ਬਈ ਅਸਲਾਮ ਅਲੈਕੁਮ ਦੋਸਤੋ, ਅੱਗੇ ਵੀ ਪਹਿਲੇ ਬਾਈ ਮਨਜ਼ੂਰ ਹੋਰਾਂ ਤੁਹਾਡਾ ਬਾਈ ਸਾਹਿਬ ਦਾ ਤਾਰਫ ਕਰਾਇਆ ਕਿ ਪਹਿਲੇ ਜੋਟੀ ਦਾ ਅਸੀਂ ਵੀਡੀਓ ਬਣਾਈਏ ਅਤੇ ਇਹ ਦੂਸਰੇ ਹੁਣ ਤੁਹਾਨੂੰ ਪੁੱਛਦੇ ਹਾਂ ਮਾਲਕ ਡਿਟੇਲ ਦੂਸਰੀ ਮਾਈ ਦੀ ਬਾਰੋਂ। ਅੱਛਾ ਬਾਈ ਸਾਹਿਬ, ਇਹ ਕਿਤਵਾਂ ਸੁਬਾਹ ਸੁਣਾਉਣ ਵਾਲੀ ਇਹ ਦੂਸਰਾ ਸੁਬਾਹ ਪਹਿਲਾਂ ਸੁਣਾਉਣਾ ਦੂਸਰਾ ਪਹਿਲਾਂ ਸੀ ਆ ਦੂਸਰਾ ਸੁਬਾਹ ਸੁਣਾਉਣਾ। ਅੱਛਾ ਦੂਸਰਾ ਸੁਬਾਹ ਸੁਣਾਉਣਾ। ਹਾਂਜੀ ਇਹ ਕਿੰਨੇ ਕੁ ਦਿਨ ਕੱਢਦੀ ਹੈ? ਇਹਨੇ 3-4 ਦਿਨ ਵੀ ਕੱਢ ਜਾਣਾ। 3-4 ਦਿਨ? ਹਾਂਜੀ ਕੱਢ ਜਾਣਾ। ਅੱਛਾ ਅਤੇ ਪਹਿਲਾ ਸੁਬਾਹ ਜਿਹੜਾ ਤੁਹਾਡੇ ਕੋਲ ਦੁੱਧ ਦਾ ਰਿਕਾਰਡ ਜਾਂ ਕੋਈ ਪਤਾ ਹੋਵੇ, ਜਿਹੜਾ ਜਾਇਜ਼ ਪੱਕਾ ਜਿਹੜਾ ਦਿੰਦੀ ਹੋਵੇ ਤਾਂ ਜੇ ਤੁਹਾਨੂੰ ਪਤਾ ਤਾਂ ਦੱਸ ਛੱਡੋ, ਜੇ ਨਹੀਂ ਪਤਾ ਤਾਂ ਫਿਰ ਪਤਾ ਬਈ ਜੀ। ਤਸੱਲੀ ਵਾਲੀ ਮਾਈ ਤੋਂ ਆਈ ਹੈ, ਆਪਣੇ ਘਰੋਂ ਹੀ ਆਈ ਹੈ। ਮੱਝ 13-14 ਗੱਡੀਆਂ ਪਹਿਲੇ ਨੂੰ ਹੋ ਕੇ ਜੋਟੀ ਦੁੱਧ ਦਿੰਦੀ ਜੀ। ਅੱਛਾ ਦਿੰਦੀ ਜੀ? ਹਾਂਜੀ ਪੱਕੀ ਗੱਲ, ਪੱਕੀ ਗੱਲ, ਤਸੱਲੀ ਵਾਲੀ। 12-13 ਕਿਲੋ ਪਹਿਲੇ ਬਹੁਤ ਜ਼ਿਆਦਾ ਦੁੱਧ ਦਿੱਤਾ, ਮੈਨੂੰ ਪਤਾ, ਮੈਂ ਮੱਝਾਂ ਰੱਖੀਆਂ, ਮੈਨੂੰ ਪਤਾ ਪਹਿਲੇ ਮੱਝ ਦੁੱਧ ਦਿੰਦੀ ਰਹੀ। ਕੋਈ ਪੱਕਾ ਜਾਂ ਦੱਸੋ ਜਿੰਨਾ ਕੁ ਦਿੰਦੀ ਰਹੀ ਹੈ ਯਾਰ? ਇਹ ਬੱਚਿਆਂ ਛੱਡ ਕੇ 12 ਗੱਡੀਆਂ ਦੁੱਧ ਚੋਇਆ ਹੁੰਦਾ। ਚਲੋ ਠੀਕ ਹੋ ਗਿਆ। ਅੱਛਾ ਤੇ ਹੁਣ ਇਹਦਾ ਬਾਕੀ ਜਿਹੜਾ ਨਾ ਥਣ ਛਣ ਕੀ ਲਈ ਅਰਗਨ ਬੜਾ ਬਿਹਤਰੀਨ ਭਾਈ ਥਣ, ਤੁਸੀਂ ਵੇਖ ਲਿਆ ਚੱਡਾ? ਵੇਖ ਲਿਆ ਮਾਈ ਦਾ? ਸਾਰੇ ਦੋਸਤ ਸਾਡਾ ਵੇਖ ਲਿਆ, ਬਹੁਤ ਸੋਹਣਾ ਖੂਬਸੂਰਤ ਚੱਡਾ ਮਾਈ ਦਾ ਥਣ, ਇੱਕ ਇੱਕ ਕੱਲਾ ਕੱਲਾ ਵਿੱਥਾਂ ਚੰਗੀਆਂ, ਕਾਲੀ ਸ਼ਾਹ ਮਾਈ ਦੂਜੇ ਤੁਸੀਂ ਦੱਸ ਰਹੇ ਹੋ ਸਾਡੇ ਦੋਸਤ ਸਾਰੀ ਪਹਿਲਾਂ ਜਿਹੜਾ ਮਾਈ ਚੰਗਾ 16-17 ਗੱਡੀਆਂ ਇਸ ਵਿੱਚ ਦੁੱਧ ਦੇਗੀ। ਡੰਗਰ ਦੇਣਾ ਬਾਰ ਬਾਰ ਬਹਿਸ ਕੀਤੀ ਰੱਖੀ ਦਾ ਫਾਇਦਾ ਡੰਗਰ? ਇੱਕ ਮਿੰਟ ਬਾਈ, ਕਿਸਾਨ ਤੁਸੀਂ ਤੁਹਾਡੇ ਕੋਲ ਡੰਗਰ ਰੱਖਿਆ, ਤੁਸੀਂ ਆਖਿਆ ਤੁਹਾਡੇ ਕੋਲ ਖੜੋਤੀ ਹੈ, ਸਾਡੇ ਦੋਸਤ ਜਿਵੇਂ ਆਪਾਂ ਉੱਤੇ ਖੋਕ ਵੇਹਦੇ ਪਏ, ਸਾਡੇ ਦੋਸਤ ਇੰਝ ਹੀ ਵੇਖ ਲੈਂਦੇ ਨੇ, ਉਹਨਾਂ ਨੂੰ ਪਤਾ ਚੱਲ ਜਾਂਦਾ ਕਿ ਇਤਨਾ ਦੇ। ਪੱਕੀ ਜੀ ਗੱਲ ਕਰਨੀ, ਜਿੱਥੇ ਬੰਦਾ ਜਾਇਜ਼ ਰੇਟ ਨਾਲ ਕੋਈ ਜਾਇਜ਼ ਛੱਡ ਗਿਆ ਉਹਦੇ ਨਾਲ ਨਹੀਂ, ਜਾਇਜ਼ ਮੁਨਾਸਿਬ ਜਿਹੜੇ ਜਾਇਜ਼ ਮੁਨਾਸਿਬ ਕੀਮਤ ਦੱਸਣੀ ਨੇ ਜ਼ਿਆਦਾ ਨਹੀਂ ਦੱਸਣੀ। ਜਾਇਜ਼ ਮੁਨਾਸਿਬ ਦੱਸਾਂਗੇ ਇਨਸ਼ਾਅੱਲਾ ਮੱਝ ਦੇ ਬਈ 2,10,000। ਅੱਛਾ 2,10,000? ਹਾਂਜੀ। ਅੱਛਾ ਪਹਿਲੇ ਇੱਕ ਤੁਹਾਡੇ ਕੋਲ ਡਿਊਟੀ ਬਣਾਈ, ਉਹਦੀ ਵੀ ਤੁਸੀਂ 2,10,000, ਇਹਦੀ ਵੀ 2,10,000 ਆਖਿਆ ਨੇ ਬਈ? ਮੱਝਾਂ ਬਹੁਤ ਚੰਗੀਆਂ ਇਨਸ਼ਾਅੱਲਾ, ਜਿਹੜਾ ਲੈ ਜਾਏਗਾ ਬਾਈ ਯਾਦ ਕਰੇਗਾ ਇਨਸ਼ਾਅੱਲਾ। ਉਹ ਤਾਂ ਯਾਦ ਕਰ ਸਕਣ ਇਨਸ਼ਾਅੱਲਾ, ਲੇਕਿਨ ਚੰਗੀ ਚੀਜ਼ ਦਾ ਚੰਗਾ ਰੇਟ, ਜ਼ਿਆਦਾ ਚੰਗਾ ਨਾ ਰੇਟ ਪਹਿਲੇ ਬਿਲਕੁਲ ਪੱਕੀ ਕੀਤੀ ਗੱਲ ਮੈਂ ਨਾ ਮੇਰੇ ਹਿਸਾਬ ਨਾਲ ਇਨਸ਼ਾਅੱਲਾ ਪੱਕੀ ਕੀਤੀ ਨਹੀਂ, ਹੁਣ ਪੱਕੀ ਕਰੋ, ਮੈਨੂੰ ਪਤਾ ਲੱਗ ਸੀ ਹੁਣ ਤੁਹਾਨੂੰ ਪੱਕੀ ਪੱਕੀ ਤਾਂ ਮੈਂ ਪਹਿਲੇ ਤੁਹਾਡੇ ਨਾਲ ਖਾਣੇ ਨਹੀਂ ਇਸ ਤਰ੍ਹਾਂ ਦੇ ਬਿਲਕੁਲ ਨਹੀਂ ਬਣਦੀ। ਚਲੋ ਜੇ ਤੁਸੀਂ ਪੱਕੀ ਕੀਤੀ ਕੋਈ ਸਾਨੂੰ ਹੁਣ ਵੇਖੋ, ਅਸੀਂ ਸਫ਼ਰ ਕੀਤਾ ਹੈ ਅਤੇ ਕੋਈ ਸਾਡੇ ਮੂੰਹ ਨੂੰ ਵੇਖ ਲਓ ਸਫ਼ਰ ਨੂੰ, ਚਲੋ ਪੱਕੀ ਤਾਂ ਹੋਰ ਤੁਸੀਂ ਕਰ ਲਈ ਅਤੇ ਉਸ ਚੀਜ਼ ਨੂੰ ਮੱਦੇਨਜ਼ਰ ਰੱਖੋ ਅਤੇ ਕੋਈ ਜਾਇਜ਼ ਕਰੋ ਪਿਆਰ ਮੁਹੱਬਤ ਜਾਇਜ਼ ਤਾਂ ਤੁਹਾਨੂੰ ਅੱਗੇ ਪਹਿਲੇ ਮੈਂ ਇਹ ਗੱਲ ਕਹੀ ਹੈ ਵੀ ਮੈਂ ਮੁੱਲ ਹੀ ਉਨਾ ਮੰਗਣਾ ਜਿੱਥੇ ਡੰਗਰ ਦੇ ਦੇਣਾ ਮੇਰੇ ਹਿਸਾਬ ਨਾਲ। ਬਈ ਆਸਾਨ ਗੱਲ ਹੈ ਨਾ, ਹੁਣ ਤੁਹਾਨੂੰ ਵੀ ਪਤਾ ਸਾਡੇ ਭਾਈ ਹੋ ਮੋਹਤਰਮ ਹੋ, ਅਸੀਂ ਚਲੋ ਇਹ ਇਲਾਜ ਰੱਖੋ ਕਿ ਡਿਊਟੀ ਸਿੱਧੀ ਛੱਡ ਕੇ ਤੁਹਾਡੇ ਕੋਲ ਆਏ ਹਾਂ, ਜੋ ਹੀ ਡਿਊਟੀ 'ਤੇ ਫ੍ਰੀ ਹੋਏ ਹਾਂ। ਤੁਹਾਨੂੰ ਵੀ ਪਤਾ ਮੈਂ, ਤੁਸੀਂ ਫੋਨ ਕੀਤਾ ਮੈਂ ਕੀ ਆਖਿਆ ਕਿ ਮੈਂ ਡਿਊਟੀ ਦਿਆਂ, ਅਤੇ ਜਾਂ ਉਹ ਤਾਂ ਫ੍ਰੀ ਹੋਇਆ, ਮੈਂ ਸਿੱਧਾ ਤੁਹਾਡੇ ਕੋਲ ਸਿੱਧਾ ਹੀ ਇੱਥੇ ਆਇਆ। ਅਤੇ ਜਿਹੜੀ ਤੁਸੀਂ ਪੱਕੀ ਠੱਕੀ ਲੈਣੀ ਹੈ ਨਾ ਕੀਮਤ, ਉਹ ਦੱਸੋ, ਐਵੇਂ ਵੀਡੀਓ ਲੰਬੀ ਕਰਨ ਦਾ ਫਾਇਦਾ ਹੀ ਕੋਈ ਨਹੀਂ। ਪਿਆਰ ਮੁਹੱਬਤ ਕਰੋ, 2,05,000 ਦੇ ਦਿਓ ਬਾਈ। ਆਸਾਨ ਮੇਰੀ ਇੱਕ ਛੋਟੀ ਜਿਹੀ ਰਿਕੁਐਸਟ ਹੈ, ਜਿਤਨਾ ਮਰਜ਼ੀ ਮੰਗੀ ਜਾਓ, ਐਂਡ ਦੱਸੋ ਜੇ ਸਾਨੂੰ, ਭਾਵੇਂ ਤੁਸੀਂ 10-10 ਥੱਲੇ ਆਓ ਤੇ ਭਾਵੇਂ 50-50 ਆਓ, ਤੁਹਾਡੇ ਨਾਲ ਬਾਈ ਜੀ ਇੱਕਾ ਗੱਲ ਪੱਕੀ, ਇੱਕਾ ਗੱਲ ਕਰੋ, ਕੋਈ 95 ਦੀ ਮਾਈ ਦੇਣੀ ਹੈ ਤੂੰ ਘੱਟ ਨਹੀਂ ਦੇ, 1,95,000 ਬਸ ਜੀ, ਇੱਕਾ ਪੱਕੀ ਗੱਲ ਮੈਂ ਬਾਈ ਨੂੰ ਕਹਿ ਦੇ। ਆ ਵੇਖਾਂ ਜੀ ਐਂਡ ਤੁਹਾਡਾ, ਐਂਡ ਮੈਂ ਆਪ ਲਈ ਅਖੀਰ ਕਰ, ਬਸ ਠੀਕ ਹੋ ਗਿਆ ਜੀ। ਇਸ ਤੋਂ ਕੋਈ ਦੋਸਤ ਆਉਂਦੇ ਨੇ ਪਿਆਰ ਮੁਹੱਬਤ ਹੋ ਸੀਗੀ ਕੋਈ ਗੁੰਜਾਇਸ਼, ਤੁਸੀਂ ਬੋਲਿਆ ਨੰਬਰ ਲਿਖ ਲਓ 0304 ਜੀ 95 ਜੀ 81 ਜੀ 726
ਠੀਕ ਹੋ ਗਿਆ ਜੀ। ਅੱਛਾ ਬਾਈ ਇਸ਼ਾਨ ਦਾ ਨੰਬਰ ਹੈ ਦੋਸਤੋ, ਅਗਰ ਤੁਹਾਨੂੰ ਪਸੰਦ ਆਉਂਦੀ ਬਾਈ ਨਾਲ ਰਾਬਤਾ ਕਰ ਸਕਦੇ ਹੋ, ਸਾਡੇ ਨਾਲ ਚਾਹੋ ਸਾਡੇ ਨਾਲ ਰਾਬਤਾ ਕਰ ਸਕਦੇ ਹੋ ਇਨਸ਼ਾਅੱਲਾ। ਜਿਹੜੀਆਂ ਅਗਰ ਪਸੰਦ ਆਉਂਦੀ ਹੈ ਤੁਹਾਨੂੰ ਤਾਂ ਜਿਹੜੀਆਂ ਗਰੰਟੀਆਂ ਆਉਂਦੀਆਂ ਨਾ ਪਾਸ ਕਰਨ ਦੀਆਂ, ਉਹ ਇਨਸ਼ਾਅੱਲਾ ਅਸੀਂ ਦੇਵਾਂਗੇ, ਕਰਾਵਾਂਗੇ ਵੀ ਔਰ ਬਾਈ ਹੋਰਾਂ ਨੂੰ ਦੱਸਾਂਗੇ। ਅਤੇ ਬਾਕੀ ਦੋਸਤੋ ਤੁਹਾਡੀ ਪਸੰਦ ਨਾਲ ਹੈ ਮਾਸ਼ਾਅੱਲਾ। ਮੈਂ ਅੱਗੇ ਬਾਈ ਸਾਹ ਤਾਂ ਮੰਗ ਲਿਆ ਕਿ ਬਾਈ ਮਨਜ਼ੂਰੀ ਆਖਿਆ ਕਿ ਪਰੇਡ ਤੋਂ ਉਹਨੂੰ ਕਰ ਲਿਆ ਜਿਹੜਾ ਕਰਨਾ ਹੈ, ਬਾਕੀ ਮਾਈ ਦੇ ਜਿਹੜੇ ਨਾ ਅਜ਼ਾ ਮੈਂ ਦੱਸ ਦਿੰਦਾ ਮਾਸ਼ਾਅੱਲਾ। ਬਾਕੀ ਦੋਸਤੋ ਤੁਹਾਡੀ ਪਸੰਦ ਨਾਲ ਹੈ ਇਨਸ਼ਾਅੱਲਾ। ਅਗਰ ਤੁਹਾਨੂੰ ਪਸੰਦ ਆਉਂਦੀ ਤਾਂ ਬਾਈ ਹੋਰੀ ਬਾਈ ਇਸ਼ਾਨ ਨਾਲ ਰਾਬਤਾ ਕਰ ਸਕਦੇ ਹੋ, ਨੰਬਰ ਇਹਨਾਂ ਦਾ ਦੇ ਛੱਡਿਆ ਤੇ ਸਾਡੇ ਨਾਲ ਕਰਨਾ ਤਾਂ ਸਾਡੇ ਨਾਲ ਕਰ ਸਕਦੇ ਹੋ। ਦੋਸਤੋ ਸ਼ੁਕਰੀਆ, ਅਗਰ ਵੀਡੀਓ ਤੱਕ ਇਜਾਜ਼ਤ ਦਿਓ, ਖੁਦਾ ਹਾਫਿਜ਼।